ਜੋ ਫਕਰਾ ਨਾਲ ਤੂੰ ਹਾਏ ਕਰੀਆਂ ਮੰਦੀਆਂ, ਉਹ ਮੈਥੋਂ ਲਿਖ ਕੇ ਲੈ ਲੈ ਪਛਤਾਏਗੀ ਨੀ। ਬਟਾਲਾ ਨੇੜਲਾ ਪਿੰਡ ਕਾਲੇ ਨੰਗਲ, ਜਿੱਥੇ ਦਾ ਇੱਕ ਨੌਜਵਾਨ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਗਾਣਾ ਬੋਲਦਾ ਹੈ ਤਾਂ ਲੋਕ ਲੱਖਾਂ ਕਮੈਂਟ ਦਿੰਦੇ ਨੇ ਔਰ ਆਖਦੇ ਨੇ ਕਿ ਇਹ ਨੌਜਵਾਨ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਹੀ ਗਾਉਂਦਾ ਹੈ। ਅੱਜ ਅਸੀਂ ਵੀ ਇਸ ਨੌਜਵਾਨ ਕੋਲ ਪਹੁੰਚੇ ਹਾਂ, ਇਸ ਦਾ ਗਾਣਾ ਵੀ ਸੁਣਾਂਗੇ ਅਤੇ ਦਰਸ਼ਕਾਂ ਨੂੰ ਵੀ ਸੁਣਾਵਾਂਗੇ ਅਤੇ ਇਸ ਦੇ ਭਵਿੱਖ ਬਾਰੇ ਅਤੇ ਇਸ ਦੇ ਪਰਿਵਾਰ ਬਾਰੇ ਵੀ ਜਾਣਾਂਗੇ ਕਿ ਇਹ ਵਾਇਰਲ ਹੋਇਆ ਕਿੱਦਾਂ, ਕਿੱਦਾਂ ਸੋਚ ਆਈ, ਕਦੋਂ ਤੋਂ ਗਾਉਣਾ ਸ਼ੁਰੂ ਕੀਤਾ। ਗੱਲਬਾਤ ਕਰ ਲੈਂਦੇ ਹਾਂ ਇਸੇ ਨੌਜਵਾਨ ਨਾਲ। ਕੀ ਨਾਂ ਬਾਈ ਜੀ? ਸਤਿ ਸ਼੍ਰੀ ਅਕਾਲ, ਉਜਵਲ ਸਿੰਘ ਨਾਂ ਜੀ ਮੇਰਾ। ਉਜਵਲ, ਗਾਉਣਾ ਕਦੋਂ ਤੋਂ ਸ਼ੁਰੂ ਕੀਤਾ? ਗਾਉਣਾ ਜੀ ਮੈਂ ਸਕੂਲ ਟਾਈਮ ਤੋਂ ਸਟਾਰਟ ਕੀਤਾ ਜੀ, ਬਚਪਨ ਤੋਂ ਮੈਨੂੰ ਸ਼ੌਂਕ ਰਿਹਾ ਗਾਉਣ ਦਾ। ਸਿੱਖਦੇ ਵੀ ਹੋ ਕਿਸੇ ਕੋਲ? ਹਾਂਜੀ ਹਾਂਜੀ, ਸ਼ੁਰੂ ਤੋਂ ਸਿੱਖਦਾ ਆ ਰਿਹਾ ਜੀ। ਤੇ ਵਾਇਰਲ ਕਦੋਂ ਹੋਇਆ? ਵਾਇਰਲ ਤੇ ਹੋਣੀ ਜੇ ਹੋਇਆ ਜੀ 6 ਮਹੀਨੇ ਹੋ ਗਏ ਵਾਇਰਲ ਹੋਏ ਨੂੰ। ਕਿੱਦਾਂ? ਰੀਲਸ ਵਗੈਰਾ ਅਪਲੋਡ ਕੀਤੀਆਂ ਜੀ ਸਿੱਧੂ ਬਾਈ ਦਾ ਗਾਣਾ ਗਾ ਕੇ, ਤੇ ਉਹ ਫਿਰ ਲੋਕਾਂ ਨੇ ਕਿੰਨਾ ਪਿਆਰ ਦਿੱਤਾ। ਕਿਹੜਾ ਗਾਣਾ ਗਾਇਆ ਸਿੱਧੂ ਦਾ? ਛੱਲਾ ਗਾਇਆ ਸੀ ਇੱਕ, ਉਸ ਚ ਵੀ ਕਹਿੰਦੇ ਆਵਾਜ਼ ਦੇ ਵਿੱਚ ਝਲਕ ਪੈਂਦੀ ਸਿੱਧੂ ਬਾਈ ਦੀ। ਅੱਛਾ, ਹਾਂਜੀ। ਹੋਰ ਹੋਰ ਸਿਕੰਦਰ ਗਾਣਾ ਗਾਇਆ ਸੀ, ਇਸ ਤਰ੍ਹਾਂ ਸਿਕੰਦਰ ਫਿਲਮ ਦੇ ਵਿੱਚ। ਜਿਹੜਾ ਤੁਹਾਨੂੰ ਸਿੱਧੂ ਬਾਈ ਦਾ ਗਾਣਾ ਪਸੰਦ ਆ ਉਹ ਸੁਣਾ ਦਿਓ ਦਰਸ਼ਕਾਂ ਨੂੰ, ਤਾਂ ਕਿ ਸਾਡੇ ਦਰਸ਼ਕ ਵੀ ਫੈਸਲਾ ਕਰ ਸਕਣ ਕਿ ਤੁਸੀਂ ਕਿੰਨਾ ਕੁ ਪਿਆਰ ਕਰਦੇ ਹੋ ਸਿੱਧੂ ਨਾਲ ਔਰ ਕਿੱਦਾਂ ਕਿੰਨੀ ਕੁ ਆਵਾਜ਼ ਤੁਹਾਡੀ ਮਿਲਦੀ ਉਹਨਾਂ ਨਾਲ। ਜੇ ਰੱਬ ਨੇ ਰੂਪ ਮਿਜਾਜ ਦਿੱਤਾ ਆਓ ਇੱਥੇ ਬਹੁਤਾ ਗੁਮਾਨ ਵੀ ਚਾਹੀਦਾ ਨਹੀਂ, ਆਓ ਜਿਹਨੇ ਕਦਮਾਂ ਵਿੱਚ ਹੀ ਜਾਨ ਧਰਤੀ, ਓਏ ਉਹਨੂੰ ਧੋਣ ਤੋਂ ਫੜ ਚੁਕਾਈਦਾ ਨੀ, ਆਓ ਜਿਹਦਾ ਇਸ਼ਕ ਦੇ ਵਿੱਚੋਂ ਇਤਬਾਰ ਉੱਠ ਜਾਏ, ਹਾਏ ਹਾਏ ਇਨਾ ਆਸ਼ਿਕ ਨੂੰ ਅਜਮਾਈਦਾ ਨਹੀਂ, ਔ ਜਿਹੜਾ ਹੌਕਿਆਂ ਵਿੱਚ ਹੀ ਸੱਜਣ ਮੁੱਕ ਜੇ, ਔ ਸਿੱਧੂ ਇਨਾ ਵੀ ਕਦੇ ਰਵਾਈਦਾ ਨੀ, ਹੋ ਅਸੀਂ ਸਿੱਧੇ ਸਾਦੇ ਹੋ ਵਿੰਗ ਵਾਲੇ ਨੀ ਆਉਂਦੇ, ਬਸ ਸਬਰ ਐ ਸਾਡਾ ਰੌਣਾ ਨੀ ਪਾਉਂਦੇ, ਐ ਕਰਮਾ ਦੇ ਰੌਣੇ ਤੈਨੂੰ ਸਮਝ ਨੀ ਆਉਣੇ, ਜੋ ਬੀਜਿਆ ਹੈ ਤੂੰ ਪਾਵੇਗੀ ਨੀ, ਜੋ ਫਕਰਾ ਨਾਲ ਤੂੰ ਹਾਏ ਕਰੀਆਂ ਮੰਦੀਆਂ, ਉਹ ਮੈਥੋਂ ਲਿਖ ਕੇ ਲੈ ਲੈ ਪਛਤਾਏਗੀ ਨੀ। ਗਾਉਂਦੇ ਹੀ ਹੋ ਕਿ ਸਿੱਧੂ ਮੂਸੇਵਾਲੇ ਵਾਂਗੂ ਲਿਖਦੇ ਵੀ ਹੋ? ਲਿਖਣ ਦੀ ਕੋਸ਼ਿਸ਼ ਕਰੀ ਜਾਂਦੇ ਆ ਜੀ, ਪਰ ਹਜੇ ਉਹੋ ਜਿਹੀ ਗੱਲ ਨਹੀਂ ਬਣਦੀ, ਜਦੋਂ ਇੰਪਰੂਵਮੈਂਟ ਹੋ ਗਈ ਫਿਰ ਹਨਾ ਆਪਣਾ ਕਰਾਂਗੇ। ਸਿੱਖਿਆ ਲੈ ਰਹੇ ਹੋ ਗਾਇਕੀ ਦੀ? ਸਿੱਖਿਆ ਮੈਂ ਸ਼ੁਰੂ ਤੋਂ ਉੱਦਾਂ ਲੈਂਦਾ ਆ ਰਿਹਾ, ਇੱਕ ਪਹਿਲਾਂ ਉਸਤਾਦ ਜੀ ਹੁੰਦੇ ਸੀ ਮੇਰੇ, ਹਰਜਿੰਦਰ ਸਿੰਘ ਵਿਰਦੀ ਨਾਮ ਉਹਨਾਂ ਦਾ, ਤੇ ਉਹ ਮੈਂ 5-6 ਸਾਲ ਉਹਨਾਂ ਕੋਲ ਸਿੱਖਿਆ ਪਹਿਲਾਂ, ਤੇ ਹੁਣ ਮੈਂ ਸ਼ਸ਼ੀਕਾਂਤ ਸਰ ਕੋਲ ਸਿੱਖ ਰਿਹਾ 2 ਸਾਲਾਂ ਤੋਂ। ਭਵਿੱਖ ਕੱਚ ਦੇਖਦੇ ਪਏ ਹੋ? ਭਵਿੱਖ ਤੇ ਮੈਨੂੰ ਸ਼ੁਰੂ ਤੋਂ ਇਹੋ ਏਮ ਰਿਹਾ ਸਿੰਗਰ ਬਣਨ ਦਾ, ਮੈਨੂੰ ਘਰਦਿਆਂ ਨੇ ਵੀ ਸ਼ੁਰੂ ਤੋਂ ਮਤਲਬ ਕਦੀ ਕੁਛ ਨੀ ਪੁੱਛਿਆ ਤੂੰ ਕੀ ਬਣਨਾ, ਉਹਨਾਂ ਨੂੰ ਵੀ ਪਤਾ ਸੀ, ਮੈਂ ਸ਼ੁਰੂ ਤੋਂ ਹੀ ਮੇਰਾ ਏਮ ਇਹ ਸੀ ਕਿ ਮੈਂ ਸਿੰਗਰ ਹੀ ਬਣਨਾ। ਹਾਂਜੀ। ਕਦੋਂ ਸ਼ੁਰੂਆਤ ਕਰ ਰਹੇ ਹੋ ਗਾਇਕੀ ਦੀ? ਗਾਇਕੀ ਦੀ ਸ਼ੁਰੂਆਤ ਤਾਂ ਇੱਕ ਹਿਸਾਬ ਦੀ ਹੋ ਹੀ ਗਈ ਆ ਹੁਣ ਤਾਂ, ਤੇ ਹੁਣ ਬਸ ਗਾਣੇ ਦੀ ਬਸ ਇੱਕ ਲੋੜ ਹੈ ਹਨਾ, ਤੇ ਗਾਣਾ ਹੁਣ ਮੈਂ ਬਾਹਰ ਜਾ ਕੇ ਸਟਾਰਟਿੰਗ ਕਰਨੀ ਜੀ ਗਾਣੇ। ਬਾਹਰ ਮਤਲਬ? ਬਾਹਰ ਵਿਦੇਸ਼ ਜਾ ਕੇ। ਅੱਛਾ। ਹਾਂਜੀ ਹਾਂਜੀ, ਆਈਲੈਟਸ ਕੀਤੀ ਨਾ, ਹੁਣ ਮੈਂ ਸੋਚਿਆ ਬਾਹਰ ਜਾ ਕੇ ਇੱਥੇ ਮਿਊਜ਼ਿਕ ਵਧੀਆ ਬਿਗ ਬਰਡਸ ਸਨੀ ਮਾਰਟਨ ਵੀਰੇ ਹੁਣਾਂ ਨਾਲ ਹੀ ਕੰਮ ਕਰਨ ਦਾ ਸੋਚਿਆ ਜੀ। ਬਿਗ ਬਰਡਸ ਸਨੀ ਮਾਰਟਨ ਕੌਣ ਨੇ?
ਇਹ ਬਾਈ ਸ਼ੁਰੂ ਤੋਂ ਸਿੱਧੂ ਬਾਈ ਦੇ ਨਾਲ ਹੀ ਰਹੇ ਨੇ, ਉਹਨਾਂ ਦੇ ਮਿਊਜ਼ਿਕ ਰੈਪਰ ਨਾਲ, ਹਨਾ, ਸ਼ੁਰੂ ਤੋਂ ਰਹੇ ਨੇ ਤੇ ਉਹ ਬਹੁਤ ਸਪੋਰਟ ਕਰ ਦਿੰਦੇ ਨੇ, ਮੈਸੇਜ ਹੁੰਦੀ ਰਹਿੰਦੀ ਗੱਲ ਉਹਨਾਂ ਦੀ, ਤੇ ਵਧੀਆ ਲੱਗਦਾ ਕਿ ਇੰਨਾ ਪਿਆਰ ਕਰਦੇ ਨੇ ਉਹਨਾਂ ਤੱਕ ਤੁਹਾਡੀ ਆਵਾਜ਼ ਪਹੁੰਚ ਗਈ। ਹਾਂਜੀ ਹਾਂਜੀ, ਉਹਨਾਂ ਤੱਕ ਪਹੁੰਚ ਗਈ। ਤੇ ਕੀ ਕਹਿੰਦੇ ਨੇ ਉਹ? ਉਹ ਤਾਂ ਇਹੋ ਕਹਿੰਦੇ ਨੇ ਕਿ ਅਸੀਂ ਮਤਲਬ ਕੋਈ ਕਰਨਾ ਵਾ, ਹਨਾ, ਸਟੂਡੀਓ ਲਾਗੇ ਜਾਗੇ ਹੈਗਾ, ਪਰ ਸਟੂਡੀਓ ਇੱਥੇ ਚੰਡੀਗੜ੍ਹ ਹੈ ਨਾ ਸਾਰੇ, ਤੇ ਹੁਣ ਜਦ ਚੰਡੀਗੜ੍ਹ ਜਾ ਕੇ ਹਨਾ ਗਾਣਾ ਗੁਣਾ ਰਿਕਾਰਡ ਕਰਾਂਗਾ ਤਾਂ ਬਾਈ ਉੱਥੇ ਆਪੇ ਮਿਊਜ਼ਿਕ ਬਣਾਉਣਗੇ, ਤੇ ਵੋਕਲ ਉਹਨਾਂ ਨੂੰ ਮੈਂ ਭੇਜ ਦੇਣੀ ਆ, ਤੇ ਬਾਕੀ ਹੌਲੀ ਹੌਲੀ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ, ਹੋਰ ਗਾਇਕੀ ਦੇ ਵਿੱਚ ਵੀ ਤੇ ਲਿਰਿਕਸ ਦੇ ਵਿੱਚ ਵੀ। ਪੰਜਾਬ 'ਚ ਭਵਿੱਖ ਨਹੀਂ ਦੇਖਦੇ ਪਏ ਕਿ ਜਾਂ ਪੰਜਾਬ ਦੀ ਜਿਹੜੇ ਲਿਸਨਰ ਨੇ ਉਹ ਨਹੀਂ ਠੀਕ? ਪੰਜਾਬ ਦੇ ਲਿਸਨਰ ਸਾਰੇ ਵਧੀਆ ਨੇ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਬਟ ਸਪੋਰਟ ਜਿਹੜੇ ਜ਼ਿਆਦਾ ਕਰ ਰਹੇ ਵੀਰ ਉਹ ਬਾਹਰ ਦੇ ਨੇ, ਉਹ ਤਾਂ ਬਸ ਇਹੋ ਕਹਿੰਦੇ ਵੀ ਤੂੰ ਇੱਕ ਵਾਰੀ ਬਾਹਰ ਆ ਤੇ ਆਪਾਂ ਸਟਾਰਟਿੰਗ ਕਰੀਏ ਗਾਣੇ ਦੀ। ਇੱਥੇ ਮੈਨੂੰ ਘੱਟ ਵੱਧ ਹੀ ਆਉਂਦੇ ਨੇ ਮੈਸੇਜ, ਇੱਥੇ ਆਉਂਦੇ ਨੇ ਅਬਲ ਤੇ ਇੱਥੇ ਚੰਡੀਗੜ੍ਹ ਦੇ ਨੇ ਬਾਈ, ਤੇ ਉਹ ਬੌਂਡ ਕਹਿੰਦੇ ਬੌਂਡ ਉਹ ਸਾਡੇ ਨਾਲ ਸਾਈਨ ਹੋ ਪਹਿਲਾਂ ਫਿਰ ਗਾਣਾ ਕਰਨਾ, ਉਹਦਾ ਕੋਈ ਫਾਇਦਾ ਨਹੀਂ, ਫਿਰ ਮੈਂ ਇੱਥੇ ਲੈ ਜਾਣਾ ਨਾ ਫਿਰ। ਅੱਛਾ, ਸਿੱਧਾ ਸਿੱਧਾ ਹੀ ਗੱਲ ਵਾ ਕਿ ਜਾਣਾ ਵਿਦੇਸ਼ ਹੀ? ਹਾਂਜੀ, ਜਾਣਾ ਵਿਦੇਸ਼ ਹੀ ਹੈ। ਕਦੀ ਸਿੱਧੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਜਾਂ ਸਿੱਧੂ ਮੂਸੇਵਾਲੇ ਨੂੰ ਕਦੀ ਮਿਲੇ ਉਹ? ਹਾਂਜੀ, ਬਾਈ ਦੇ ਨਾਲ ਮਿਲਣ ਦਾ ਸਬੱਬ ਤੇ ਕਦੀ ਬਣਿਆ ਨਹੀਂ, ਉਹ ਰੱਬ ਵੱਲੋਂ ਜਿੱਦਾਂ ਹਨਾ ਮਨਜ਼ੂਰ ਸੀ ਬਾਈ ਤੋਂ ਬਾਅਦ ਹੀ ਹੁਣ, ਤੇ ਹੁਣ ਬੇਬੇ ਬਾਪੂ ਹੁਣਾਂ ਨੂੰ ਮਿਲ ਕੇ ਆਉਣਾ ਸਾਡੀ ਹੈਗੀ ਸੀ ਪਲੈਨਿੰਗ ਹੁਣ, ਤੇ ਕੋਸ਼ਿਸ਼ ਕਰਾਂਗੇ ਹੁਣ ਜਲਦੀ ਤੋਂ ਜਲਦੀ ਬੇਬੇ ਬਾਪੂ ਹੁਣਾਂ ਨੂੰ ਮਿਲ। ਉਹਨਾਂ ਦੇ ਪਰਿਵਾਰ ਤੱਕ ਤੁਹਾਡੀ ਆਵਾਜ਼ ਗਈ? ਦੋ ਤਿੰਨ ਵੀਰਾਂ ਦੇ ਆਏ ਸੀ ਮੈਨੂੰ ਮੈਸੇਜ ਕਿ ਬੇਬੇ ਹੁਣਾਂ ਨੂੰ ਦਿਖਾਈ ਸੀ ਵੀਡੀਓ ਤੇਰੀ ਰੀਲ ਦਿਖਾਈ ਸੀ, ਤੇ ਪਹੁੰਚ ਗਈ ਉਹਨਾਂ ਤੱਕ ਮਤਲਬ, ਤੇ ਹੁਣ ਉਹਨਾਂ ਨੂੰ ਜਾ ਕੇ ਮਿਲਾਂਗਾ ਤੇ ਉਹਨਾਂ ਨੂੰ ਮੈਂ ਜਾ ਕੇ ਉੱਥੇ ਲਾਈਵ ਸੁਣਾਵਾਂਗਾ ਗਾਣੇ ਆਪਣੇ। ਸਾਡੇ ਕੋਲੋਂ ਸਾਹਿਮ ਸਾਹਿਮ ਜੋ ਲੰਘਦੇ ਸੀ, ਸੁਣਿਆ ਮੈਂ ਹੁਣ ਹੱਥ ਗਲਮੇ ਨੂੰ ਪਾਉਣ ਲੱਗੇ, ਬਾਜਾ ਬਾਜੋ ਦੇਖ ਆਏ ਨੇ ਅਸਮਾਨ ਸੁਨਾ, ਝੁਣ ਤਿੱਤਰਾਂ ਦੇ ਉੱਚੀਆਂ ਉਡਾਰੀਆਂ ਲਾਉਣ ਲੱਗੇ, ਸੱਪਾਂ ਵਾਂਗੂ ਬੈਰੀ ਔਂਸਰੀ ਚੱਕਣ ਲੱਗੇ, ਭੋਰ ਸੀ ਜੋ ਜੁੱਤੀ ਵਾਲੀਆਂ ਲੋਕਾਂ ਨੇ, ਕੁਝ ਕੁ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ, ਦਬ ਗਿਆ ਜੱਟ ਵਾਹਿਮ ਪਾਲ ਲਿਆ ਲੋਕਾਂ। ਤੁਹਾਡੇ ਆਪਣੇ ਪਰਿਵਾਰ ਦੀ ਕਿੰਨੀ ਸਪੋਰਟ? ਆਪਣੇ ਪਰਿਵਾਰ ਦੀ ਤੇ ਫੁੱਲ ਸਪੋਰਟ ਰਹੀ ਸ਼ੁਰੂ ਤੋਂ, ਬੇਬੇ ਬਾਪੂ ਹੁਣਾਂ ਦੀ ਫੁੱਲ ਸਪੋਰਟ ਰਹੀ ਆਪਣੇ ਪਰਿਵਾਰ ਦੀ। ਚਲੋ ਜੀ, ਇਹ ਨੌਜਵਾਨ ਸਿੱਧੂ ਮੂਸੇਵਾਲੇ ਦਾ ਫੈਨ ਆ ਤੇ ਉਸੇ ਦੀ ਆਵਾਜ਼ ਚ ਗਾਉਂਦਾ ਹੈ, ਕਿੰਨੀ ਕੁ ਆਵਾਜ਼ ਮੈਚ ਕਰਦੀ ਹੈ ਇਸ ਗੱਲ ਦਾ ਫੈਸਲਾ ਤਾਂ ਸਾਡੇ ਦਰਸ਼ਕ ਹੀ ਕਰਨਗੇ, ਪਰ ਇਸ ਦਾ ਕਹਿਣਾ ਹੈ ਕਿ ਜੋ ਸਿੱਧੂ ਮੂਸੇਵਾਲੇ ਦੇ ਨਾਲ ਲੋਕ ਕੰਮ ਕਰਦੇ ਸੀ ਉਹਨਾਂ ਨੂੰ ਇਸਦੀ ਆਵਾਜ਼ ਪਸੰਦ ਆਈ ਆ ਤੇ ਹੁਣ ਤਿਆਰੀ ਕਰ ਰਿਹਾ ਵਿਦੇਸ਼ ਜਾਣ ਦੀ। ਆਖਦਾ ਕਿ ਵਿਦੇਸ਼ ਜਾ ਕੇ ਸਿੱਧੂ ਮੂਸੇਵਾਲੇ ਦੇ ਸਾਥੀਆਂ ਨੂੰ ਮਿਲਾਂਗਾ ਤੇ ਉਹਨਾਂ ਦੇ ਨਾਲ ਹੀ ਗਾਣਾ ਕਰਾਂਗਾ। ਕੈਮਰਾਮੈਨ ਬੰਡੀ ਦੇ ਨਾਲ ਨਿਊਜ਼ 18 ਪੰਜਾਬ ਲਈ ਨਿਤਿਨ ਲੂਥਰਾ ਬਟਾਲਾ।